ਜੈਸਮਿਨ ਸੈਂਡਰਸ ਨੇ ਗੈਰੀ ਸੰਧੂ ਤੋਂ ਬਾਅਦ ਗੁਰਸਿੱਧੂ ਨੂੰ ਆਪਣਾ 뮤직 ਪਾਰਟਨਰ ਬਣਾਇਆ ਹੋਇਆ ਤੇ ਸੋ ਫਾਰ ਹਜੇ ਤੱਕ ਤਾਂ ਪ੍ਰੋਜੈਕਟ ਉਹਨਾਂ ਦੇ ਆ ਰਹੇ ਨੇ। ਤਕਰੀਬਨ 1 ਸਾਲ ਬਾਅਦ ਹੀ ਆਪਾਂ ਨੂੰ ਗਾਣਾ ਵੇਖਣ ਨੂੰ ਮਿਲਿਆ। ਇਸ ਤੋਂ ਪਹਿਲੇ ਆਇਆ ਸੀ ਬੰਬ ਆ ਗਿਆ, ਉਸ ਤੋਂ ਬਾਅਦ ਹੁਣ ਆਇਆ ਰੂਟੀਨ।